ਫਰੀਦਕੋਟ ਦੇ ਇਸ ਪਰਿਵਾਰ ਵਿੱਚ ਜਿੱਥੇ ਪਹਿਲਾਂ ਕੋਰੋਨਾ ਵਾਇਰਸ ਕਰਕੇ ਡਰ ਅਤੇ ਸਹਿਮ ਦਾ ਮਾਹੌਲ ਪਾਇਆ ਜਾ ਰਿਹਾ ਸੀ, ਅੱਜ ਉਸੇ ਪਰਿਵਾਰ ਵਿੱਚ ਦੁੱਗਣੀਆਂ ਖੁਸ਼ੀਆਂ ਦਾ ਆਲਮ ਹੈ। ਜੀ, ਜੋ ਪਰਿਵਾਰ ਕੋਰੋਨਾ ਵਾਇਰਸ ਕਰਕੇ ਡਰ ਅਤੇ ਸਹਿਮ ਪਿਆ ਹੋਇਆ ਸੀ, ਉਸ ਪਰਿਵਾਰ ਵਿੱਚ ਖੁਸ਼ੀਆਂ ਦਾ ਖੇੜਾ ਹੈ। ਇਸ ਪਰਿਵਾਰ ਦੇ 33 ਸਾਲਾਂ ਨੌਜਵਾਨ ਦੀ ਰਿਪੋਰਟ ਪੋਜ਼ਿਟਿਵ ਆਈ ਸੀ, ਜਿਸ ਨੂੰ ਇਲਾਜ ਲਈ ਹਸਪਤਾਲ ਦਾਖਲ ਕੀਤਾ ਸੀ। ਦੱਸਣਾ ਬਣਦਾ ਹੈ ਕਿ ਇਸ ਨੌਜਵਾਨ ਦੀ ਪਤਨੀ ਗਰਭਵਤੀ ਸੀ ਅਤੇ ਅੱਜ ਉਹਨਾਂ ਦੇ ਘਰ ਇੱਕ ਪੁੱਤਰ ਨੇ ਜਨਮ ਲਿਆ ਹੈ। ਬਣਦਾ ਹੈ ਕਿ ਮਾਂ ਅਤੇ ਨਵ ਜਨਮੇ ਬੱਚੇ ਦੀ ਰਿਪੋਰਟ ਨੈਗੇਟਿਵ ਆਈ ਹੈ ਤੇ ਇਹਨਾਂ ਨੂੰ ਹਸਪਤਾਲ ਵਿੱਚੋਂ ਛੁੱਟੀ ਦੇ ਦਿੱਤੀ ਗਈ ਹੈ। ਹਸਪਤਾਲ ਪ੍ਰਸ਼ਾਸਨ ਵੱਲੋਂ ਨਵ ਜਨਮੇ ਬੱਚੇ ਅਤੇ ਉਸਦੀ ਮਾਂ ਨੂੰ ਫੁੱਲਾਂ ਦੀ ਵਰਖਾ ਕਰਕੇ ਹਸਪਤਾਲ ਵਿੱਚੋਂ ਛੁੱਟੀ ਦਿੱਤੀ ਗਈ। ਗੋਇਲ, ਵਾਈਫ ਆਫ ਆਨੰਦ ਗੋਇਲ। ਬਹੁਤ ਕਸ਼ਟ ਆਇਆ ਥਾ ਹਮਾਰੇ ਫੈਮਿਲੀ ਪੇ, ਪਰ ਭਗਵਾਨ ਕੀ ਕਿਰਪਾ ਸੇ, ਸਭ ਕੇ ਸਹਿਯੋਗ ਸੇ ਉਹ ਬਿਲਕੁਲ ਠੀਕ ਹੋ ਗਿਆ ਹੈ। ਮੇਰੇ ਹਸਬੈਂਡ ਵੀ ਅਬ ਬਿਲਕੁਲ ਠੀਕ ਹੋ ਗਏ ਹੈ, ਉਨਕੀ ਰਿਪੋਰਟਸ ਵੀ ਨੈਗੇਟਿਵ ਆ ਗਈ ਹੈਂ, ਔਰ ਅੱਜ ਹਮੇਂ ਫ੍ਰੀ ਕੀਆ ਜਾ ਰਿਹਾ ਯਹਾਂ ਸੇ, ਹਮੇਂ ਅੱਜ ਛੁੱਟੀ ਮਿਲ ਗਈ ਹੈ। ਹੋਸਪਿਟਲ ਵਾਲੋਂ ਕਾ ਬਹੁਤ ਕੋਆਪਰੇਸ਼ਨ ਥਾ, ਹਮੇਂ ਕਿਸੀ ਚੀਜ਼ ਕੀ ਕਿਸੀ ਬਾਤ ਕੀ ਕੋਈ ਵੀ ਦਿੱਕਤ ਮਹਿਸੂਸ ਨਹੀਂ ਹੋਈ। ਤੋ ਸਭ ਕੇ ਲੀਏ ਪਲੀਜ਼ ਸਟੇ ਸੇਫ, ਸਟੇ ਹੋਮ, ਇਸੀ ਮੇਰੀ ਸਭ ਕੀ ਭਲਾਈ ਹੈ। ਜਿਹੜਾ ਪਹਿਲਾ ਕਰੋਨਾ ਪੋਜ਼ਿਟਿਵ ਕੇਸ ਮਿਸਟਰ ਆਨੰਦ ਗੋਇਲ ਦਾ ਸੀ, ਉਹਨਾਂ ਦੀ ਜਿਹੜੀ ਪਤਨੀ ਸੀ ਉਹ ਗਰਭਵਤੀ ਸੀ ਅਤੇ ਬਿਲਕੁਲ ਆਖਰੀ ਡਿਲੀਵਰੀ ਦੇ ਡਿਊ ਸੀ। ਜਦੋਂ ਅਸੀਂ ਇਹਨਾਂ ਨੂੰ ਦਾਖਲ ਕੀਤਾ ਸੀ ਤਾਂ ਉਦੋਂ ਇਹਨਾਂ ਦੀ ਰਿਪੋਰਟ ਜਿਹੜੀ ਆ ਹਲੇ ਪੈਂਡਿੰਗ ਸੀ, ਜਿਸ ਕਰਕੇ ਪੂਰੇ ਸਟਾਫ ਦੇ ਵਿੱਚ ਥੋੜ੍ਹਾ ਸਹਿਮ ਦਾ ਮਾਹੌਲ ਸੀ। ਪਰ ਇਹਨਾਂ ਵਾਸਤੇ ਅਸੀਂ ਵੱਖਰਾ ਲੇਬਰ ਰੂਮ ਬਣਾਇਆ, ਇਹਨਾਂ ਵਾਸਤੇ ਵੱਖਰਾ ਸਾਰਾ ਜਿਹੜਾ ਇੰਤਜ਼ਾਮ ਕੀਤੇ। ਅਤੇ ਅੱਜ ਸਾਨੂੰ ਇਸ ਗੱਲ ਦੀ ਬੜੀ ਖੁਸ਼ੀ ਹੈ ਕਿ ਪਹਿਲਾਂ ਤਾਂ ਇਹਨਾਂ ਦੀ ਰਿਪੋਰਟ ਨੈਗੇਟਿਵ ਆ ਗਈ ਸੀ ਅਤੇ ਅੱਜ ਅਸੀਂ ਇਹਨਾਂ ਨੂੰ ਹੁਣ ਬੱਚਾ ਜੱਚਾ ਦੋਨਾਂ ਨੂੰ ਤੰਦਰੁਸਤ ਤਰੀਕੇ ਨਾਲ ਅਸੀਂ ਇੱਥੋਂ ਡਿਸਚਾਰਜ ਕਰ ਰਹੇ ਹਾਂ। ਸਰ, ਇਸ ਦੇ ਹਸਬੈਂਡ ਦੀ ਵੀ ਜਿਹੜੀ ਰਿਪੋਰਟ ਪੋਜ਼ਿਟਿਵ ਆਈ ਸੀ, ਉਹਨਾਂ ਦੀ ਹੁਣ ਕੀ ਕੰਡੀਸ਼ਨ ਹੈ ਔਰ ਕਿਸ ਤਰ੍ਹਾਂ? ਉਹਨਾਂ ਦੀ ਜਿਹੜੀ ਦੇਖੋ 5ਵੇਂ ਦਿਨ ਰਿਪੋਰਟ ਆਈ ਸੀ ਉਹ ਨੈਗੇਟਿਵ ਆਈ ਸੀ, 14ਵੇਂ ਦਿਨ ਵਾਲੀ ਵੀ ਨੈਗੇਟਿਵ ਹੈ ਅਤੇ ਇੱਕ ਜਿਹੜਾ 24 ਆਵਰ ਦੇ ਗੈਪ 'ਤੇ ਟੈਸਟ ਆ ਜਾਂਦਾ ਤਾਂ ਉਮੀਦ ਹੈ ਵੀ ਕੱਲ੍ਹ ਉਹਨਾਂ ਨੂੰ ਵੀ ਛੁੱਟੀ ਕਰ ਦਿੱਤੀ ਜਾਊਗੀ ਕਿਉਂਕਿ ਉਹ ਵੀ ਬਿਲਕੁਲ ਤੰਦਰੁਸਤ ਹਨ। ਘਰ ਵਿੱਚ ਪੁੱਤਰ ਪੈਦਾ ਹੋਣ ਦੇ ਨਾਲ ਹੀ ਇੱਕ ਵੱਡੀ ਖੁਸ਼ਖਬਰੀ ਇਹ ਵੀ ਆਈ ਕਿ ਜਿਸ ਨੌਜਵਾਨ ਦੀ ਰਿਪੋਰਟ ਪੋਜ਼ਿਟਿਵ ਆਈ ਸੀ ਹੁਣ ਉਸਦੀ ਰਿਪੋਰਟ ਨੈਗੇਟਿਵ ਆ ਚੁੱਕੀ ਹੈ ਅਤੇ ਉਸਨੂੰ ਜਲਦੀ ਹੀ ਹਸਪਤਾਲ ਵਿੱਚੋਂ ਛੁੱਟੀ ਦੇ ਦਿੱਤੀ ਜਾਵੇਗੀ। ਸੁਣਿਆ ਹੀ ਸੀ ਕਿ ਪਰਮਾਤਮਾ ਜੇ ਕੁਛ ਕਰਨ 'ਤੇ ਆਵੇ ਤਾਂ ਕੀ ਨਹੀਂ ਕਰ ਸਕਦਾ। ਨਿਊ ਡੈਸਕ ਤੋਂ ਪ੍ਰਾਈਮ ਨਿਊਜ਼ ਓਵਰਸੀਜ਼ ਲਈ ਫਰੀਦਕੋਟ ਤੋਂ ਸਿਮਰ ਸੰਧੂ ਦੀ ਰਿਪੋਰਟ।